ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕੇ ਹੈ ਜੀ ਜਿਸ ਦੇ ਵਿੱਚ ਪੰਜਾਬ ਮਗਰ ਰੇਗਾ ਦੇ ਵਿੱਚ ਸਿੱਧੀ ਭਰਤੀ ਜਿਹੜੀ ਇਹ ਨਿਕਲ ਕੇ ਆ ਚੁੱਕੇ ਨੇ ਬਹੁਤ ਵਧੀਆ-ਵਧੀਆ ਪੋਸਟਾਂ ਨੇ ਅਲੱਗ-ਅਲੱਗ ਪੋਸਟਾਂ ਜਿਹੜੀਆਂ ਨੇ ਭਰਤੀ ਆਈ ਹੈ ਉਹਦਾਂ ਦੀ ਕਿੱਦਾਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰਨ ਵਾਲਾ ਹੈ ਠੀਕ ਹੈ ਜੀ ਐਲੀਜੀਬਿਲਿਟੀ ਕੀ ਰਹੇਗੀ ਕਿੱਥੋਂ ਅਪਲਾਈ ਕਰੋਗੇ ਪੂਰੀ ਜਾਣਕਾਰੀ ਮੈਂ ਅੱਗੇ ਵੀਡੀਓ 'ਚ ਤੁਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਦੇਣਾ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰਾਂ ਔਰ ਕਈ ਵੈਕੈਂਸੀਆਂ ਨੇ ਜਿਹੜੀਆਂ ਕਿ ਪੰਜਾਬ ਦੇ ਕੈਂਡੀਡੇਟ ਦੇ ਲਈ ਨਿਕਲ ਕੇ ਆ ਚੁੱਕੇ ਆ ਤੁਸੀਂ ਉਹ ਚੈੱਕ ਕਰ ਸਕਦੇ ਹੋ ਸਾਡੀ ਵੈਬਸਾਈਟ ਤੇ ਜਾ ਕੇ ਜਿਹਦੇ ਲਈ ਤੁਸੀਂ ਟਾਈਪ ਕਰਨਾ ਹੈ ਜੀ meetacademy.xyz ਫਸਟ ਨੰਬਰ ਤੇ ਤੁਹਾਨੂੰ ਸਾਰੀ ਹੀ ਸਾਡੀ ਵੈਬਸਾਈਟ ਮਿਲ ਜਾਏਗੀ ਉੱਥੋਂ ਤੁਸੀਂ ਜਾ ਕੇ ਚੈੱਕ ਕਰਕੇ ਅਪਲਾਈ ਕਰ ਪਾਉਗੇ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਰਿਕਰੂਟਮੈਂਟ ਅਪਡੇਟ ਤੇ ਲੇਕਿਨ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦੀ ਅਗਰ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਚ ਅਵੇਲੇਬਲ ਹੈ ਜੀ ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹੜੀ ਹੈ ਉਹ ਤੁਸੀਂ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚਲਦਾ ਹਾਂ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਿਆਂ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਪੋਸਟਾਂ ਦੀ ਤਾਂ ਇਸ ਵਿੱਚ ਸਭ ਤੋਂ ਪਹਿਲੀ ਪੋਸਟ ਜਿਹੜੀ ਹੈ ਜੀ ਟੈਕਨੀਕਲ ਕੋਆਰਡੀਨੇਟਰ ਦੀ ਇੱਕ ਪੋਸਟ ਹੈ ਜਿਸ ਦੇ ਵਿੱਚ ਜਿੰਨਾ ਵੀ ਕੈਂਡੀਡੇਟ ਨੇ ਬੀਟੈਕ ਕੀਤੀ ਹੋਈ ਸਿਵਲ ਇੰਜੀਨੀਅਰਿੰਗ ਦੇ ਵਿੱਚ ਔਰ ਐਕਸਪੀਰੀਅੰਸ ਹੈਗਾ ਡਿਸੇਬਲ ਗਵਰਨਮੈਂਟ ਰੈਕਗਨਾਈਜ਼ਡ ਇੰਸਟੀਚਿਊਟ ਦਾ ਕੰਪਿਊਟਰ ਸਕਿੱਲ ਦੇ ਨਾਲ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ 20000 ਪਲੱਸ 1000 ਰੁਪੀਏ TA 250 ਰੁਪਏ ਮੋਬਾਈਲ ਅਲਾਨਸ ਤੁਹਾਨੂੰ ਪਰ ਮੰਥ ਕਨਸੋਲिडेटेड ਦਿੱਤਾ ਜਾਏਗਾ ਮਤਲਬ ਲੰਮ ਸਮ ਇਕੱਠਾ ਕਰਕੇ ਇਹਨਾਂ ਤੁਹਾਨੂੰ ਮਿਲੇਗਾ ਸੈਕੰਡ ਪੋਸਟ ਦੀ ਗੱਲ ਕਰਾਂ ਐਡੀਸ਼ਨਲ ਪ੍ਰੋਗਰਾਮ ਆਫੀਸਰ ਦੀਆਂ ਦੋ ਪੋਸਟਾਂ ਨੇ ਗ੍ਰੈਜੂਏਸ਼ਨ ਜਿਨ੍ਹਾਂ ਨੇ ਕਿਸੇ ਵੀ ਸਟਰੀਮ ਦੇ ਵਿੱਚ ਕੀਤੀ ਹੋਈ ਹੈ ਮਾਸਟਰ ਡਿਗਰੀ ਜਿਨ੍ਹਾਂ ਨੇ ਕੀਤੀ ਉਹਨੂੰ ਪ੍ਰੀਫਰੈਂਸ ਦਿੱਤੀ ਜਾਏਗੀ 55% ਮਾਰਕਸ ਦੇ ਨਾਲ ਔਰ ਕਿਸੇ ਵੀ ਸਟਰੀਮ ਚ ਕੀਤੀ ਹੈ ਤੁਸੀਂ ਰੈਕੋਗਨਾਈਜ਼ ਯੂਨੀਵਰਸਿਟੀ ਤੋਂ ਔਰ ਕੰਪਿਊਟਰ ਪ੍ਰੋਫੀਸ਼ੀਐਂਸੀ ਸਕਿਲਸ ਤੁਹਾਡੇ ਅੰਡਰ ਹੈਗੇ ਨੇ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ 20000 ਤੁਹਾਡੀ ਸੈਲਰੀ ਪਲੱਸ 1000 ਰੁਪੀਏ TA ਤੁਹਾਨੂੰ ਦਿੱਤਾ ਜਾਏਗਾ ਪਲੱਸ 250 ਰੁਪੀਏ ਮੋਬਾਈਲ ਅਲੋਨਸ ਪਰ ਮਨ ਤੁਹਾਨੂੰ ਜਿਹੜਾ ਇਹ ਚ ਦਿੱਤਾ ਜਾਏਗਾ ਨੈਕਸਟ ਪੋਸਟ ਦੀ ਗੱਲ ਕਰਾਂ ਟੈਕਨੀਕਲ ਅਸਿਸਟੈਂਟ ਦੀਆਂ ਪੰਜ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਡਿਗਰੀ ਐਂਡ ਡਿਪਲੋਮਾ ਜਿਨ੍ਹਾਂ ਨੇ ਸਿਵਲ ਇੰਜੀਨੀਅਰਿੰਗ ਦੇ ਵਿੱਚ ਕੀਤਾ ਹੋਇਆ ਹੈ ਨੇ ਕਿਸੇ ਵੀ ਗਵਰਨਮੈਂਟ ਰਿਕੋਗਨਿਜ਼ਡ ਇੰਸਟੀਚਿਊਟ ਤੋਂ वो अपलाई कर सकते हैं और उन्होंने प्रोफिशियंसी है कंप्यूटर स्किल्स एम एस वर्ड एक्सल डेटाबेस फंक्शनिंग की नॉलेज है तो वो अपलाई कर सकते हैं सैवनटीन थाउजेंड फाइव हंड्रेड सैलरी है फिफ्टन हंडर्ड टी ए और प्लस ढाई सौ रुपया एम जो मोबाइल अलाउंस है पर मंथ दिता जा रहा है जी नैक्सट पोस्ट है डेटा एंट्री ओपरेटर दो पोस्टा ने जिन्ना भी कैंडीडेट ने बी ए या फिर बी एस सी डिपलोमा कंप्यूटर एप्लीकेशन किया है एक साल का एक्सपीरियंस है तो वो अपलाई कर सकते हैं ਅਪਲਾਈ ਇਹਦੇ ਵਿੱਚ ਫਰੈਸ਼ਰਸ ਵੀ ਕਰ ਸਕਦੇ ਨੇ ਲੇਕਿਨ ਡਿਜ਼ਾਇਰਬਲ ਹੈ ਕਿ 1 ਸਾਲ ਦਾ ਐਕਸਪੀਰੀਅੰਸ ਹੈਗਾ ਹੈ ਤਾਂ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਨੂੰ ਪ੍ਰੋਫੀਸ਼ੈਂਸੀ ਹੈਗੀ ਹੈ ਕੰਪਿਊਟਰ ਸਕਿਲਸ MS Word Excel ਡਾਟਾਬੇਸ ਫੰਕਸ਼ਨਿੰਗ ਉਹ ਅਪਲਾਈ ਕਰpanਗੇ 12000 ਪਰ ਮੰਥ ਸੈਲਰੀ ਪਲਸ 250 ਰੁਪਏ ਮੋਬਾਈਲ ਅਲਾਨਸ ਪਰ ਮੰਥ ਅਨਕਨਸੋਲिडेटेड ਦੇ ਵਿੱਚ ਦਿੱਤਾ ਜਾਏਗਾ ਜੀ ਜਿੰਨਾ ਵੀ ਕੈਂਡੀਡੇਟ ਨੇ ਪੰਜਾਬੀ میٹرਿਕ ਵਿੱਚ ਕੀਤੀ ਹੋਈ ਹੈ ਜਾਂ ਇਸ ਦੇ ਇਕੁਇਵਲੈਂਟ ਹੈਗਾ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜਿਹੜੇ ਵੀ ਸਿਲੈਕਟਡ ਕੈਂਡੀਡੇਟ ਹੋਣਗੇ ਉਹਨਾਂ ਨੂੰ ਹੈੱਡਕੁਆਰਟਰ ਡਿਸਟ੍ਰਿਕਟ ਬਠਿੰਡਾ ਵਿਖੇ ਜਾਂ ਬਲਾਕ ਦੇ ਵਿੱਚ ਜਿਹੜਾ ਹੈ ਉਹ ਤੁਹਾਨੂੰ ਕੀਤਾ ਜਾਏਗਾ ਪੁਆਇੰਟ ਅਪਲੀਕੇਸ਼ਨ ਜਿਹੜੀ ਤੁਸੀਂ bhtinda.nic.in ਤੋਂ ਜਾ ਕੇ ਡਾਊਨਲੋਡ ਕਰ ਸਕਦੇ ਹੋ ਸ਼ਾਰਟਲਿਸਟਡ ਕੈਂਡੀਡੇਟ ਨੂੰ ਕੁਆਲਿਫਿਕੇਸ਼ਨ ਜਿਹੜੇ ਹੈਗੇ ਨੇ ਉਹ ਜਿਹੜੇ ਫੁੱਲਫਿਲ ਕਰਦੇ ਨੇ ਉਹਨਾਂ ਨੂੰ ਐਬਿਟਿਊਡ ਟੈਸਟ ਤੇ ਇੰਟਰਵਿਊ ਦੇ ਲਈ ਬੁਲਾਇਆ ਜਾਏਗਾ ਐਪਲੀਕੇਸ਼ਨ ਫੀ ਦੀ ਗੱਲ ਕਰਾਂ ₹500 ਨਾਨ ਰਿਫੰਡੇਬਲ ਜਿਹੜੀ ਤੁਹਾਨੂੰ ਸਬਮਿਟ ਕਰਾ ਮਾਂ ਡਰਾਫਟ ਹੈ ਪੰਜਾਬ ਸਟੇਟ ਰੂਰਲ এনਵਾਇਰਨਮੈਂਟ ਗਰੰਟੀ ਸੁਸਾਇਟੀ ਪੇਬਲ ਹੋਏਗੀ ਜੋ ਕਿ ਮੁਹਾਲੀ ਵਿੱਚ ਤੁਸੀਂ ਪੇ ਕਰਨਾ ਹੈ ਇਹ ਨੋਟੀਫਿਕੇਸ਼ਨ ਜਿਹੜਾ ਹੈ ਜੀ ਮਹਾਤਮਾ ਗਾਂਧੀ ਨੈਸ਼ਨਲ ਰੂਰਲ এমਪਲੋਇਮੈਂਟ ਗਰੰਟੀ ਦੇ ਅੰਡਰ ਜਿਹੜਾ ਹੈ ਦਫਤਰ ਜ਼ਿਲ੍ਹਾ ਬਠਿੰਡਾ ਵਿੱਚ ਆਊਟ ਕੀਤੀ ਗਈ ਹੈ ਜੀ ਜੋ ਕਿ ਮਰਗਨ ਰਹੇਗਾ ਡਿਸਟ੍ਰਿਕਟ ਬਠਿੰਡਾ ਵਿੱਚ ਸੋ ਇਹਦੇ ਲਈ ਇਹ ਨੋਟੀਫਿਕੇਸ਼ਨ ਦਾ ਲਿੰਕ ਵੀ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਮੈਂ ਦੇ ਦੇਵਾਂਗਾ ਡਾਊਨਲੋਡ ਕਰਕੇ ਚੈੱਕ ਕਰ ਲੈਣਾ ਤੇ ਉੱਥੇ ਤੁਸੀਂ ਅਪਲਾਈ ਜਿਹੜਾ ਉਹ ਕਰ ਲੈਣਾ ਜੀ ਸੋ ਇਹ ਨੋਟੀਫਿਕੇਸ਼ਨ ਜਿਹੜਾ ਕਿ ਆਊਟ ਕੀਤਾ ਗਿਆ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀ ਤੇ ਮਿਲਾਂਗੇ ਨਵੀਂ ਵੀਡੀਓ 'ਚ ਤਦ ਤੱਕ ਦੇ ਲਈ ਧੰਨਵਾਦ ਜੀ